ਦੁਨੀਆ ਦਾ ਕੋਈ ਵੀ ਇਤਿਹਾਸ ਬਰੋਲ ਕੇ ਦੇਖ ਲੋ ਹਰ ਇੱਕ ਇਤਿਹਾਸ ਇਸ ਗੱਲ ਦੀ ਚੀਖ ਚੀਕੇ ਗਵਾਹੀ ਦਿੰਦਾ ਹੈ ਕਿ ਦੁਨੀਆ ਵਿੱਚ ਜਿੰਨੇ ਵੀ ਵੱਡੇ ਕੰਮ ਹੋਏ ਆ ਓਖੇ ਕੰਮ ਹੋਏ ਆ ਸੋਚ ਤੋਂ ਪਰੇ ਵਾਲੇ ਕੰਮ ਹੋਏ ਆ ਜਾਂ ਦੁਨੀਆ ਵਿੱਚ ਜਿੰਨੇ ਵੀ ਅਭਿਸ਼ਕਾਰ ਹੋਏ ਆ ਉਹ ਦੁਨੀਆ ਦੇ ਕਿਸੇ ਨਾ ਕਿਸੇ ਮਰਦ ਨੇ ਕੀਤੇ ਆ ਦੁਨੀਆ ਦੀ ਕਿਸੇ ਵੀ ਔਰਤ ਵਿੱਚ ਐਨੀ ਹਿੰਮਤ ਐਨੀ ਸੋਚਣ ਸ਼ਕਤੀ ਹੈ ਹੀ ਨਹੀਂ ਕਿ ਉਹ ਦੁਨੀਆ ਵਿੱਚ ਕੋਈ ਤਬਦੀਲੀ ਲਿਆ ਸਕੇ ਦੁਨੀਆ ਦੀ ਹਰ ਇੱਕ ਫਿਲਮ ਇੰਡਸਟਰੀ ਵਿੱਚ ਵੀ ਇਹੀ ਮੰਨਿਆ ਜਾਂਦਾ ਕਿ ਫਿਲਮਾਂ ਵਿੱਚ ਨਵੀਆਂ ਸਟੋਰੀਆਂ ਨਵੀਂ ਐਕਟਿੰਗ ਨਵੇਂ ਤਜਰਬੇ ਨਵੇਂ ਐਕਸਪੈਰੀਮੈਂਟ ਜੇ ਕੋਈ ਕਰ ਸਕਦਾ ਆ ਉਹ ਸਿਰਫ ਮਰਦ ਲੋਕ ਇਹ ਕਰ ਸਕਦੇ ਆ ਔਰਤਾਂ ਵਿੱਚ ਇਹ ਵੀ ਸ਼ਮਤਾ ਨਹੀਂ ਹੈਗੀ ਪਰ ਸਾਡੇ ਪੰਜਾਬ ਦੇ ਮਰਦਾਂ ਨੂੰ ਕੀ ਹੋ ਗਿਆ ਸਾਡੇ ਪੰਜਾਬ ਦੇ ਮਰਦ ਫਿਲਮਾਂ ਵਿੱਚ ਆਸ਼ਕੀ ਦਿਖਾਉਣ ਵਿੱਚ ਬੇਤੁਕੀ ਕਮੇਡੀ ਦਿਖਾਉਣ ਵਿੱਚ ਘਟੀਆ ਐਕਟਿੰਗ ਦਿਖਾਉਣ ਵਿੱਚ ਹੀ ਵਿਅਸਤਾ ਵਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਨਵੇਂ ਐਕਸਪੈਰੀਮੈਂਟ ਨਵੇਂ ਤਜਰਬੇ ਜਾਂ ਨਵੀਆਂ ਸਟੋਰੀਆਂ ਨਵੇਂ ਐਕਟਰ ਕਿੱਥੋਂ ਲਿਆਈਂਦੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਜਿਹੜਾ ਕੰਮ ਕਰਨ ਲਈ ਮਰਦਾਂ ਦੀ ਹਿੰਮਤ ਨਹੀਂ ਪੈ ਰਹੀ ਉਹ ਕੰਮ ਨੀਰੂ ਬਾਜਵਾ ਨੇ ਕਰਤਾ ਇੱਕ ਵਾਰੀ ਨਹੀਂ ਦੋ ਵਾਰੀ ਕਰਤਾ ਪਹਿਲੀ ਵਾਰੀ ਕਲੀ ਜੋਟਾ ਚ ਤੇ ਦੂਜੀ ਵਾਰ ਹੁਣ ਇਸ ਫਿਲਮ ਵਿੱਚ ਨੀਰੂ ਬਾਜਵਾ ਨੇ ਇਹ ਗੱਲ ਦੋ ਵਾਰੀ ਬਾਬਤ ਕਰ ਦਿੱਤੀ ਕਿ ਦੁਨੀਆ ਵਿੱਚ ਇਹੋ ਜਿਹਾ ਕੋਈ ਵੀ ਕੰਮ ਨਹੀਂ ਹੈਗਾ ਪੰਜਾਬ ਦੀਆਂ ਧੀਆਂ ਦੇ ਸਾਹਮਣੇ ਜਿੱਥੇ ਪੰਜਾਬ ਦੀਆਂ ਧੀਆਂ ਨੂੰ ਜੇ ਇੱਕ ਮੌਕਾ ਵੀ ਮਿਲੇ ਤਾਂ ਉਹ ਕਿਸੇ ਵੀ ਇਤਿਹਾਸ ਨੂੰ ਪਲਟ ਸਕਣ ਜਦੋਂ ਕਲੀ ਜੋਟਾ ਹਿੱਟ ਹੋਈ ਸੀ ਤਾਂ ਪੰਜਾਬ ਦੇ ਬਹੁਤੇ ਲੋਕਾਂ ਨੂੰ ਇਹੀ ਲੱਗਾ ਸੀ ਕਿ ਇਹ ਤਾਂ ਇੱਕ ਤੁੱਕਾ ਲੱਗ ਗਿਆ ਤੁੱਕੇ ਨਾਲ ਫਿਲਮ ਹਿੱਟ ਹੋ ਗਈ ਪਰ ਤੁੱਕਾ ਹਮੇਸ਼ਾ ਇੱਕ ਵਾਰੀ ਲੱਗਦਾ ਦੋ ਵਾਰੀ ਨਹੀਂ ਲੱਗਦਾ ਬੂਹੇ ਵਾਰੀਆਂ ਪੰਜਾਬ ਦੀ ਇੱਕ ਐਹੋ ਜੀ ਫਿਲਮ ਆ ਜਿਹਦੇ ਬਾਰੇ ਪੰਜਾਬੀ ਅਕਸਰ ਗੱਲਾਂ ਤਾਂ ਕਰਦੇ ਰਹਿੰਦੇ ਆ ਕਿ ਐਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਆ ਪਰ ਉਮੀਦ ਕੋਈ ਨਹੀਂ ਰੱਖਦਾ ਕਿਉਂਕਿ ਪਤਾ ਹੁੰਦਾ ਆ ਕਿ ਹਰ ਇੱਕ ਫਿਲਮ ਵਿੱਚ ਇਹਨਾਂ ਨੇ ਕੁਝ ਕਰਨਾ ਹੀ ਆ ਕਿ ਲੋਕਾਂ ਦੇ ਦਿਲਾਂ ਵਿੱਚ ਲੱਥ ਜਣ ਪਰ ਨੀਰੂ ਬਾਜਵਾ ਨੇ ਸਾਬਤ ਕਰਤਾ ਕਿ ਜੇ ਬੰਦਾ ਚਾਹੇ ਤਾਂ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਨਾ ਹੋ ਪਾਵੇ ਬੂਹੇ ਵਾਰੀਆਂ ਇੱਕ ਐਹੋ ਜੀ ਫਿਲਮ ਆ ਜਿਹਨੂੰ ਦੇਖਣ ਤੋਂ ਬਾਅਦ ਮੈਂ ਇਹ ਕਹਿ ਸਕਦਾ ਕਿ ਇਸ ਫਿਲਮ ਵਿੱਚ ਕੋਈ ਕਮੀ ਹੈ ਹੀ ਨਹੀਂ ਬੂਹੇ ਵਾਰੀਆਂ ਉਹ ਪਹਿਲੀ ਪੰਜਾਬੀ ਫਿਲਮ ਆ ਜਿਹਨੂੰ ਦੇਖਣ ਤੋਂ ਬਾਅਦ ਜਾਂ ਰਿਵਿਊ ਕਰਨ ਸਮੇਂ ਮੈਂ ਕੋਈ ਕਮੀ ਕੱਢ ਹੀ ਨਹੀਂ ਸਕਦਾ ਫਿਲਮ ਮੇਕਰਾਂ ਨੇ ਐਹੋ ਜੀ ਕੋਈ ਗੁੰਜਾਇਸ਼ ਨਹੀਂ ਛੱਡੀ ਕਿ ਬੰਦਾ ਕਹਿ ਸਕੇ ਯਾਰ ਸਟੋਰੀ ਵਿੱਚ ਕਮੀ ਰਹਿ ਗਈ ਆਸ ਇਨ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਸੀ ਫਲਾਣ ਨੇ ਐਕਟਿੰਗ ਨਹੀਂ ਵਧੀਆ ਕੀਤੀ ਜਾਂ ਇਹਦੇ ਵਿੱਚ ਕੋਈ ਨਾ ਕੋਈ ਵਧੀਆ ਜੀਦੇ ਕਰਕੇ ਇਹ ਫਿਲਮ ਬਣੀ ਜੀ ਵਧੀਆ ਬਣ ਸਕਦੀ ਸਭ ਤੋਂ ਵੱਡੀ ਗੱਲ ਇਸ ਫਿਲਮ ਵਿੱਚ ਇੱਕ ਇਹ ਵੀ ਆ ਕਿ ਜਿਹੜੇ ਕੈਰੈਕਟਰਾਂ ਨੂੰ ਆਪਾਂ ਹਰੇਕ ਫਿਲਮ ਵਿੱਚ ਬੇਤੁਕੀ ਕਮੇਡੀ ਕਰਦੇ ਦੇਖਿਆ ਸੀ ਆਪਾਂ ਉਹਨਾਂ ਦੀ ਕਮੇਡੀ ਤੋਂ ਬੋਰ ਹੋ ਗਏ ਸੀ ਤੇ ਇਹ ਹੀ ਕਹਿੰਦੇ ਸੀਗੇ ਯਾਰ ਸ਼ਾਇਦ ਇਹਨਾਂ ਨੂੰ ਆਹੀ ਕੁਝ ਆਉਂਦਾ ਤਾਂ ਹੀ ਫਿਲਮਾਂ ਵਾਲੇ ਆਹੀ ਕੁਝ ਕਰਾਉਂਦੇ ਆ ਪਰ ਇਸ ਫਿਲਮ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਕਿ ਆਪਣਾ ਹੁਨਰ ਸਾਬਤ ਕਰਕੇ ਦਿਖਾਓ ਤੇ ਉਹਨਾਂ ਨੇ ਉਹ ਚੀਜ਼ ਕਰ ਵੀ ਦਿੱਤੀ ਸਭ ਤੋਂ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਜੀ ਇਸ ਫਿਲਮ ਵਿੱਚ ਨਿਰਮਲ ਰਿਸ਼ੀ ਜੀ ਨੇ ਵੈਸੇ ਤਾਂ ਉਹਨਾਂ ਦੀ ਕੋਈ ਵੀ ਇਹੋ ਜਿਹੀ ਫਿਲਮ ਜਾਂ ਇਹੋ ਜਿਹਾ ਕੋਈ ਵੀ ਸੀਨ ਜਾਂ ਇਹੋ ਜਿ ਇਹ ਕਹਿ ਸਕੀ ਯਾਰ ਇਸ ਵਾਰੀ ਗੱਲ ਨਹੀਂ ਬਣੀ ਪਰ ਇਸ ਫਿਲਮ ਵਿੱਚ ਜੋ ਵੀ ਉਹਨਾਂ ਨੇ ਭੂਮਿਕਾ ਨਿਭਾਈ ਆ ਉਹਦੀ ਤਾਰੀਫ ਵਿੱਚ ਮੇਰੇ ਕੋਲ ਕੋਈ ਵੀ ਸ਼ਬਦ ਨਹੀਂ ਹੈਗਾ ਲਗਭਗ 70 80% ਫਿਲਮ ਸਿਰਫ ਤੇ ਸਿਰਫ ਨਿਰਮਲ ॠषि ਜੀ ਦੇ ਆਲੇ ਦੁਆਲੇ ਘੁੰਮਦੀ ਆ ਤੇ ਕਿਸੇ ਵੀ ਸੀਨ ਵਿੱਚੋਂ ਨਾ ਤਾਂ ਵੀਕ ਦਿਖਾਈ ਦਿੰਦੇ ਆ ਤੇ ਨਾ ਹੀ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਯਾਰ ਇਹਨਾਂ ਦਾ ਇਸ ਫਿਲਮ ਵਿੱਚ ਇੰਨਾ ਲੰਮਾ ਸੀਨ ਨਹੀਂ ਸੀ ਹੋਣਾ ਚਾਹੀਦਾ ਇਹ ਫਿਲਮ ਐਕਟਿੰਗ ਸਟੋਰੀ ਡਾਇਰੈਕਸ਼ਨ ਕੈਮਰਾ ਜਾਣੀ ਕੀ ਫਿਲਮ ਹਰ ਇੱਕ ਪੱਖ ਤੋਂ ਪਰਫੈਕਟ ਬਣੀ ਹੋਈ ਆ ਫਿਲਮ ਦੀ ਸਟੋਰੀ ਕੀ ਹੈ ਇਹਦੇ ਬਾਰੇ ਮੈਂ 1% ਵੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਫਿਲਮ ਦਾ ਟ੍ਰੇਲ ਵੀ ਕੁਝ ਇਸੇ ਹਿਸਾਬ ਨਾਲ ਬਣਾਇਆ ਗਿਆ ਕਿ ਟ੍ਰੇਲਰ ਦੇਖਣ ਤੋਂ ਬਾਅਦ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਕਿ ਸਟੋਰੀ ਕੀ ਹੋਊਗੀ ਫਿਲਮ ਵਿੱਚ ਕੀ ਹੋਊਗਾ ਫਿਲਮ ਕਮੇਡੀ ਹੋਊਗੀ ਸੈਡ ਹੋਊਗੀ ਫੈਮਲੀ ਵਾਲੀ ਹੋਊਗੀ ਡਰਾਮਾ ਹੋਊਗਾ ਹੋਊਗਾ ਕੀ ਜੋ ਕਿ ਇਸ ਫਿਲਮ ਨੂੰ ਵਧੀਆ ਅਤੇ ਵੱਡੀ ਬਣਾਉਣ ਵਿੱਚ ਬਹੁਤ ਵਧੀਆ ਗੱਲ ਵਾ ਇਸ ਫਿਲਮ ਵਿੱਚ ਆਉਣ ਵਾਲਾ ਹਰ ਇੱਕ ਸੀਨ ਬੰਦੇ ਲਈ ਸਰਪ੍ਰਾਈਜ਼ ਹੁੰਦਾ ਇਹ ਉਹੋ ਜੀ ਪੰਜਾਬੀ ਫਿਲਮ ਨਹੀਂ ਜਿਹਦਾ ਇੱਕ ਸੀਨ ਦੇਖਣ ਤੋਂ ਬਾਅਦ ਬੰਦੇ ਨੂੰ ਅਗਲਾ ਸੀਨ ਤਾਂ ਛੱਡੋ ਪੂਰੀ ਫਿਲਮ ਸਮਝ ਆ ਜਾਂਦੀ ਆ ਅਗਲੇ ਸੀਨ ਦਾ ਵੀ ਪਤਾ ਲੱਗ ਜਾਂਦਾ ਕੀ ਹੋਣਾ ਤੇ ਇਹ ਵੀ ਪਤਾ ਲੱਗ ਜਾਂਦਾ ਕਿ ਫਲਾਨੇ ਬੰਦੇ ਨੇ ਹੁਣ ਡਾਇਲੋਗ ਕਿਹੜਾ ਬੋਲਣਾ ਇਹ ਫਿਲਮ ਪੰਜਾਬ ਤੇ ਉਹਨਾਂ ਦੀਆਂ ਮਜਬੂਰੀਆਂ ਨੂੰ ਸਾਹਮਣੇ ਲਿਆਉਂਦੀ ਆ ਸ਼ਾਇਦ ਇਹ ਫਿਲਮ ਦੇਖਣ ਤੋਂ ਬਾਅਦ ਪੰਜਾਬ ਦੇ ਕੁਝ 10% ਲੋਕਾਂ ਨੂੰ ਇਹ ਗੱਲ ਸਮਝ ਆ ਜੂਗੀ ਕਿ ਪੰਜਾਬ ਦੀਆਂ ਔਰਤਾਂ ਦੇ ਅੰਦਰ ਵੀ ਇੱਕ ਦਿਲ ਹੁੰਦਾ ਆ ਨੀਰੂ ਬਾਜਪਾ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਪੰਜਾਬੀਆਂ ਦੀ ਝੋਲੀ ਇੱਕ ਵਧੀਆ ਤੇ ਨਵੇਂ ਐਕਸਪੈਰੀਮੈਂਟ ਵਾਲੀ ਫਿਲਮ ਪਾਈ ਆ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਆਪਾਂ ਇਸ ਚੈਨਲ ਉੱਤੇ ਵਧੀਆ ਵਧੀਆ ਫਿਲਮਾਂ ਦਾ ਰਿਵਿਊ ਕਰਦੇ ਰਹਿਾਂਗੇ ਐਂਡ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਕੋਈ ਸਿਨੇਮੇ ਜਾ ਕੇ ਫਿਲਮ ਦੇਖੀ ਆ ਜਾਂ ਨਹੀਂ ਜਰੂਰ ਦੱਸਿਓ ਜੇ ਨਹੀਂ ਦੇਖੀ ਤਾਂ ਦੇਖਣ ਤੋਂ ਬਾਅਦ ਇਸੇ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਰਿਵਿਊ ਕੀ ਹੋਇਆ ਜੀ